बिजनेस न्यूज से जुहार महमूद बिलर। आज हम बात करेंगे, हमारे दोस्त है उमर भट्ट साहब गुजरावाला के, माने नाम है इनका, नाम है गुजरावाला में। तो ये पूछते हैं क्या हालात है गवर्नमेंट के। जी भट्ट साहब की आते हो, की सूरत हाल, पंजाबी से गल कर लो बेशक। सलाम अलैकुम। बड़ी कदर करते हैं, बाकी मौका भी दिता वा ਜਾ ਤੁਸੀਂ ਨਾਲ ਧਾਂਦਲੀ ਕਰਕੇ ਹੋ ਗਿਆ ਹੈ ਜਾਂ ਆਵਾਮ ਨੂੰ ਮੌਕਾ ਦਿੱਤਾ ਹੈ। ਨਹੀਂ ਯਾਰ, ਧਾਂਦਲੀ ਤਾਂ ਕਹਿੰਦੇ ਕੀਤੀ, ਦੇਖੋ ਸਾਢੇ ਤਿੰਨ ਸਾਲ ਰਿਹਾ ਹੈ ਤੇ ਉਹਨੇ ਕੌਮ ਦਾ ਕਾਫੀ ਭਲਾ ਕੀਤਾ ਹੈ, ਫਾਇਦਾ ਕੀਤਾ ਹੈ, ਤੁਸੀਂ ਕਿਵੇਂ ਇਹਨੂੰ ਧਾਂਦਲੀ ਕੀਤੀ? ਨਹੀਂ ਚਲੋ, ਅਗਰ ਆਵਾਮ ਨੇ ਹੋਸੇ ਲਿਆਤਾ ਹੈ ਤੇ ਉਹਨੂੰ ਚਾਹੀਦਾ ਸੀ ਆਵਾਮ ਦਾ ਮਾਣ ਜਿਹੜਾ ਨਾ ਤੇ ਉਹਨੂੰ ਵਧਾਤਾ ਵਧਾਇਆ, ਉਹ ਆਪਣੀ ਇੱਜ਼ਤ ਗਵਾ ਕੇ ਤੇ ਆਵਾਮ ਦਾ ਜਿਹੜਾ ਦਿਲ ਹਨ ਉਹਨੂੰ ਠੇਸ ਪਹੁੰਚਾ ਕੇ ਤੇ ਮੁਲਾਂ ਦੇ ਵਿੱਚ ਬੇਰੁਜ਼ਗਾਰੀ, ਮੁਲਾਂ ਦੇ ਵਿੱਚ ਗੁਰਬਤ, चलो मौका दिता हो सकता है जिन्या गल करता है जिन्हें दावे करता है। मैं मकान बना दिया, गरीब नूं मैं रोटी, गरीब नूं मैं कपड़ा, गरीब नूं मैं मकान, ਗਰੀਬ ਦੀ ਮਕਾਨ ਹੀ ਲੱਗ ਰਹੀ ਹੈ। ਬਾਕੀ ਉਹਨਾਂ ਦੇ ਕੋਲੋਂ ਨਾ ਕੋਈ ਪਤਾ ਨਹੀਂ, ਜਾਂ ਖਾਨ ਸਾਹਿਬ ਦੇ ਫਰਕ ਸੀ ਜਾਂ ਥੱਲੇ ਵਾਲੇ ਲੋਕ ਸਨ ਉਹਨਾਂ ਕੋਲ ਫਰਕ ਸੀ, ਜਿਹੜਾ ਉਹਨਾਂ ਕੋਲ ਮਾਮਲਾ ਸਿੱਧੇ ਹੋਏ ਨਹੀਂ ਬੁਲਾਉਂਦੇ। ਦੇਖੋ ਬਾਅਦ ਮੁਲਾਂ ਨੇ ਨਾ ਸਰਮਾਇਆਕਾਰੀ ਕੀਤੀ ਹੈ, ਬਾਅਦ ਮੁਲਾਂ ਜੋ ਸਰਮਾਇਆਕਾਰੀ ਨਹੀਂ ਨਾ ਕਰਦੇ, ਐਟਕ ਮੈਟਕ ਸਾਡੇ ਪਾਕਿਸਤਾਨ ਦੇ ਬੇਰੁਜ਼ਗਾਰੀ ਜਿਹੜੀ ਦਾ ਲੱਗ ਜਾਂਦੀ ਹੈ। ਕਿਉਂਕਿ ਅਗਰ ਇੱਥੇ ਸਰਮਾਇਆਕਾਰੀ ਹੋਵੇ, ਇੱਥੇ ਉਹ ਪ੍ਰੋਜੈਕਟ ਭਰਨ, ਮੁਲਾ ਜਿਹੜਾ ਨਾ ਉਹ ਤੋਹਫੇ ਫਿਰ ਵਾਪਸ ਵੀ ਦੇ ਰਹੇ ਹੁੰਦੇ ਨੇ, ਉਹ ਤੋਹਫੇ ਤਾਂ ਮਿਲਦੇ ਨੇ ਕਿ ਅੱਲਾ ਜੀ ਤੁਹਾਨੂੰ ਨਾਮ ਮਿਲਦਾ ਹੈ ਗੱਲੋਂ ਜੀ ਮੁਲਾ ਹਲੋ, ਔਰ ਇੱਕ ਦੂਜੇ ਨਾਲ ਪਿਆਰ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਦਾ ਉਹ ਆਵਾਮ ਦਾ ਜਿਹੜਾ ਉਹਦਾ ਆਵਾਮ ਦੀ ਹੁੰਦੀ ਹੈ ਮਲਕੀਅਤ ਤੋਹਫੇ ਜਿਹੜਾ, ਠੀਕ ਹੈ। ਉਹ ਤੋਹਫੇ ਦਾ ਵੀ ਮਕਸਦ ਨਹੀਂ ਕਿ ਦਿਲੀਪ ਸਾਹਿਬ ਜਾ ਕੇ ਬੰਦਾ ਵੇਚ ਛੜੇ, ਅਗਰ ਅਸੀਂ ਤੋਹਫੇ ਵੇਚ ਛੜਾਂਗੇ ਤਾਂ ਕੱਲ੍ਹ ਨੂੰ ਇੱਕ ਕੀ ਸਾਡੀ ਆਵਾਮ 'ਤੇ ਅਸਰ ਪਏਗਾ ਕਿ ਸਾਡੇ ਉਹ ਗਮਲਾ ਨੱਚਦੇ ਨੇ ਬਾਹਰ ਦੇ ਮੁਬਾਲਕ ਜੀ ਨਾਲ ਤੋਹਫੇ ਦਿੱਤੇ ਨੇ, ਉਹ ਕੀ ਆਖਣਗੇ ਵਾਹ ਪਾਕਿਸਤਾਨੀ ਹੋਣ ਹੈਂ। ਸਾਰੇ ਸਰਮਾਇਆਦਾਰ ਆਪਣਾ ਚੁੱਪ ਹੋ ਗਏ,
ਮਹਾਰਾਜ ਸਾਹਿਬ ਨੂੰ ਇਹ ਚਾ ਸਮਝਦੇ ਲੋਜ ਕੇਸ ਨੇ ਉਤੋਂ ਜਵਾਨ ਮੋਹ ਜਰਾ